परम सत्कारयोग सातसंग जी रचना पवित्र कर लीए त्याखीए धन श्री सतगुरु जगजीत सिंह जी धन श्री सतगुरु उदय सिंह जी सातसंग जी साखी का सिर लेख है मानस नमानस देवते की साखी संबंधित है सवै कथन खुरशीदी साखी गुरसाखी भाग एक तो ਸਾਖੀ ਹੈ ਜਦੋ ਸ਼ਿਰੀ ਭੈਣੀ ਸਾਹਿਬ ਸਾਗੂ ਜਗਜੀਤ ਸਿੰਘ ਜੀ ਦੀ ਨਿਵਾਜੀਸ਼ ਨਾਲ ਸੁਰਜੀਤ ਖੁਰਸ਼ੀਦੀ ਨੂੰ ਸ਼ਰਨ ਮਿਲੀ ਤਾਂ ਆਮ ਦੇਖਣ ਪਾਖਣ ਵਾਲਾ ਨਾਮਤਾਰੀ ਬੜਾ ਹੈਰਾਨ ਹੁੰਦਾ ਕਿ ਇਸ ਕੋਨ ਮੋਨ ਖੁਰਸ਼ੀਦੀ ਦਾ ਭੈਣੀ ਸਾਹਿਬ ਕੀ ਕੰਮ ਨਾ ਅਸਿਰਤੇ ਕਿਸ ਕਰੜਬਰੜ ਦਾੜਾ ਨਾ ਕਸ਼ੈਰਾ ਨਾ ਕਕਾਰ ਨਾ ਕੋਈ ਕਰਮ ਨਾ ਮਰਿਆਦਾ ਪਦਨੀਏ ਕਿਵੇਂ ਪੱਕਾ ਡੇਰਾ ਜਮਾ ਕੇ ਇੱਥੇ ਬੈਠ ਗਿਆ ਹੈ ਉਸ ਵਕਤ ਉਹ ਨਾਮਧਾਰੀ ਬਹੁਤ ਹੀ ਹੈਰਾਨ ਹੋਈ ਜਦੋਂ ਪਤਾ ਲੱਗਾ ਕਿ ਪਾਤਸ਼ਾਹ ਜੀ ਨੇ ਖੁਰਸ਼ੀਦੀ ਨੂੰ ਘਰ ਦੇ ਪੁਨਰਨਿਰਮਾਣ ਲਈ 1 ਲੱਖ ਰੁਪਏ ਬਖਸ਼ੇ ਨੇ ਭਾਮੀ ਸਰਦਾ ਵਾਂਸਿਕ ਸਾਧਗੁਰ ਜੀ ਦੀ ਨਿਵਾਜਿਸ਼ ਨੂੰ ਸਾਧਗੁਰ ਜੀ ਦੀ ਕੋਈ ਖੇੜੀ ਸਮਝ ਰਹੇ ਸਨ ਜਿਹੀਂ ਅਗਨਾਂ ਅਕਸਰ ਗਾਹੇ ਬਗਾਹੇ ਸੁਰਜੀਤ ਖੁਰਸ਼ੀਦੀ ਦੇ ਕਰਨਾਤਕ ਵੀ ਪਹੁੰਚਦੀਆਂ ਸਿਆਲ ਦੇ ਦਿਨਿਸ਼ੀ ਰਿਪੈਂਦੇ ਸੇ ਵੀ ਕੀ ਮਾਸਟਰ ਨਿਹਾਲ ਸਿੰਘ ਜੀ ਇੱਕ ਦਿਨ ਧੂਪੇ ਸਫਾ ਵਿਚਾਈ ਵੀ ਪੰਜੀ ਸਰੀਰਾ ਚ ਘੀਰੇ ਗੁਰੂ ਕੀਆਂ ਸਾਖੀਆਂ ਦਾ ਪਠਨ-ਪਾਠਨ ਕਰ ਰਹੇ ਸਨ ਕਿ ਹੁੰਮਦੇ-ਹੁੰਮਦੇ ਖੁਰਸ਼ੀਦੀ ਜੀ ਵੀ ਪਹੁੰਚ ਗਏ ਮਾਸਟਰ ਨਿਹਾਲ ਸਿੰਘ ਹੋਰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਪੁੱਛਿਆ ਸੁਣਾਓ ਖੁਰਸ਼ੀਦੀ ਜੀ ਕੀ ਹਾਲ ਹੈ ਖੁਰਸ਼ੀਦੀ ਨੇ ਝੱਟ ਜਵਾਬ ਦਿੱਤਾ ਮਾਸਟਰ ਜੀ ਹਾਲ ਠੀਕ ਕਹਿਣ ਦਾ ਹੀ ਰਿਵਾਜ ਹੈ ਇਸ ਲਈ ਠੀਕ ਹੀ ਕਹਾਂਗਾ ਮਾਸਟਰ ਜੀ ਆਖੇ ਲਗੇ ਖੁਰਸ਼ੀਦੀ ਜੀ ਆਓ ਇੱਥੇ ਮੇਰੇ ਕੋਲ ਆ ਜਾਓ ਅੱਜ ਅਸੀਂ ਤੁਹਾਡੀ ਕਹਾਣੀ ਸੁਣਾਂਗੇ ਇਹ ਕਹਿੰਦੇ ਆ ਮਾਸਟਰ ਜੀ ਨੇ ਆਪਣੀ ਲਿਖਤਾ ਵਾਲੀ ਡਾਇਰੀ ਇੱਕ ਪਾਸੇ ਰੱਖ ਦਿੱਤੀ ਖੁਰਸ਼ੀਦੀ ਨੇ ਆਪਣੀ ਗਾਥਾ ਇੰਜ ਸ਼ੁਰੂ ਕੀਤੀ ਮਾਸਟਰ ਜੀ ਮੈਂ 12-14 ਸਾਲ ਦਾ ਹੋਵਾਂਗਾ ਕਿ ਜਦੋਂ ਮੈਂ ਆਪਣੀ ਭੈਣ ਨਾਲ ਸਮੁੰਦਰੀ ਜਹਾਜ਼ ਵਿੱਚ ਅੰਡੇਮਾਨ ਤੋਂ ਕਲਕੱਤੇ ਨੂੰ ਵਾਪਸ ਜਾ ਰਿਹਾ ਸੀ ਤੜਕੇ 4 ਵਜੇ ਸਾਡਾ ਜਹਾਜ਼ ਕਲਕੱਤੇ ਦੇ ਬੰਦਰਗਾਹ ਤੇ ਲੱਗਾ ਰਿਕਸ਼ਾ ਫਾੜ ਮੇਰੀ ਭੈਣ ਤੇ ਮੈਂ ਕਾਲੀ ਘਾਟ ਗੁਰਦੁਆਰੇ ਪਹੁੰਚੇ ਠੰਡ ਨਾਲ ਦੰਦੋੜੀ ਕੇ ਆਜਰੇਸਨ ਕਮਰੇ ਵਿੱਚ ਸਮਾਨ ਰੱਖ ਭੈਣ ਨੇ ਮੈਨੂੰ ਬਾਹਰੋਂ ਗੁਰਦੁਆਰੇ ਦੇ ਨਾਲ ਲਗਦੀਆਂ ਚਾਹ ਦੀਆਂ ਦੁਕਾਨਾਂ ਤੋਂ ਚਾਹ ਲੈਣ ਭੇਜਿਆ ਜਦੋਂ ਮੈਂ ਜਾ ਰਿਹਾ ਸੀ ਤਾਂ ਮੇਰੀ ਨਿਗਾਹ ਇਸ਼ਨਾਨ ਕਰਦੇ ਇੱਕ ਸਿੰਘ ਤੇ ਬਈ ਜਿਸ ਦੇ ਹੱਥ ਵਿੱਚ ਕੂਕਿਆ ਵਾਲਾ ਗੜਵਾ ਸੀ ਤੇ ਪਾਣੀ ਦੇ ਭਰ-ਭਰ ਗੜਵੇ ਉਹ ਆਪਣੇ ਸਿਰ ਵਿੱਚ ਪਾ ਰਿਹਾ ਸੀ ਤੇ ਹਰ ਵਾਰ ਮੂੰਹ ਉੱਤਾਨ ਸਾਧਗੁਰਾਂ ਸਿੰਘ ਜੀ ਤਾਨ ਸਾਧਗੁਰਾਂ ਸਿੰਘ ਜੀ ਆਖ ਰਿਹਾ ਸੀ ਮੈਨੂੰ ਉਸ ਸਿੰਘ ਦਾ ਕੱਦ ਕਾਠ ਵੇਖ ਆਪਣੇ ਬਾਪੂ ਦਾ ਝੋਲਾ ਪਿਆ ਪਰ ਕਿੱਥੇ ਕੋਨ ਮੋਨ ਮੇਰਾ ਰੂਪ ਜਿਸ ਸਾਲ ਛਿਮਾਹੀ ਨਹਾਉਣਾ ਤੇ ਕਿੱਥੇ ਇਹ ਨਾਮ ਦਾ ਰਿ ਸਿੰਘ ਆਪਣੇ ਬਾਪੂ ਦੀ ਯਾਦ ਆਉਂਦਿਆਂ ਹੀ ਮੇਰੇ ਪਿੰਡੇ 'ਚੋਂ ਚਰਨਾਟ ਛੇੜਦੀ ਇੱਕ ਤਾਰ ਦੌੜ ਗਈ ਪੰਜ ਵੇਰੇ ਪਹਿਲੋ ਜਦੋਂ ਮੈਂ ਦੂਸਰੀ ਜਮਾਤ ਵਿੱਚ ਪੜਦਾ ਸਾਂ ਮੇਰੀ ਭੈਣ ਮੈਨੂੰ ਆਪਣੇ ਨਾਲ ਅੰਡੇਵਾਨ ਲੈ ਗਈ ਸੀ ਜਿੱਥੇ ਮੇਰਾ ਭਣਵਈਆ ਮੈਡੀਕਲ ਕਲਰਕ ਸੀ ਦੀਵਾਨ ਸਿੰਘ ਕਾਲੇ ਪਾਣੀ ਦਾ ਕੁਆਟਰ ਵੀ ਅੰਡੇਵਾਨ ਸਾਡੇ ਕੁਆਟਰਾਂ ਦੇ ਕੋਲ ਹੀ ਸੀ ਅੰਡੇਵਾਂ ਟਾਪੂਆ ਤੇ ਜਪਾਨੀਆਂ ਨੇ ਕਬਜ਼ਾ ਕਰ ਲਿਆ ਤੇ ਅਸੀਂ ਹਿੰਦੁਸਤਾਨ ਦੇ ਰਾਹ ਪਏ ਪੈਸਾ ਤੇ ਕਾਲੀ ਘਾਟ ਗੁਰਦੁਆਰੇ ਅੰਦਰ ਇਸ਼ਨਾਨ ਕਰਦੇ ਨਾਮ ਤਾਰੀ ਸਿੰਘ ਤੇ ਮੇਰੀ ਨਜ਼ਰ ਪਈ ਤਾਂ ਉਸ ਦਾ ਜੁੱਸਾ ਵੇਖ ਮੈਨੂੰ ਬਾਪੂ ਦਪ ਲੇਖਾ ਪਿਆ ਬਾਪੂ ਜੋ ਤੇੜ ਚਾਦਰਾਂ ਬੰਨਦਾ ਸੀ ਰੋਟ ਸਵੇਰੇ ਉਠ ਦਾੜੀ ਕਰ ਕਤਰ ਦਾ ਓੜਕਾਂ ਦਾ ਅੜਬ ਤੇ ਗੁਸਹਿਲਾ ਘਰ ਵਿੱਚ ਰੱਖੇ ਊਠ ਮੱਝਾਂ ਤੇ ਗਊਆਂ ਨੂੰ ਉਸਦੇ ਕਰੋਧ ਦਾ ਨਿਸ਼ਾਨਾ ਹੋਣਾ ਪੈਂਦਾ ਚੰਗੀ ਕਿਸਮਤ ਨੂੰ ਜੇ ਪਸ਼ੂ ਇਸ ਮਾਰ ਤੋਂ ਬਚ ਜਾਣ ਤਾਂ ਮੇਰੀ ਮਾਂ ਦੇ ਹੱਡ ਭਨ ਕੇ ਹੀ ਮੇਰੇ ਬਾਪੂ ਦਾ ਗੁੱਸਾ ਸ਼ਾਂਤ ਹੁੰਦਾ ਸਾਰੇ ਸੁਣ ਹੋਈ ਖੁਰਸ਼ੀਦੀ ਦਾ ਸਵੈ ਕਥਨ ਬੜੀ ਧਿਆਨ ਨਾਲ ਸੁਣ ਰਹੇ ਸਨ ਗੱਲ ਜਾਰੀ ਰਗ ਗਿਆ ਖੁਰਸ਼ੀਦੀ ਕਹਿਣ ਲੱਗਾ ਚਾਹ ਦਾ ਕਾਪ ਹੱਥ ਵਿੱਚ ਫੜੀ ਚਾਹ ਪੀਂਦਿਆਂ ਠੰਡ ਦੇ ਬਿਨਾਂ ਵਿੱਚ ਵੀ ਬਾਪੂ ਦੀ ਯਾਦ ਆਉਂਦਿਆ ਮੇਰੇ ਮੱਥੇ ਤੇ ਪਸੀਨੇ ਦੀਆਂ ਬੂੰਦਾ ਟਪਕਣ ਲੱਗਿਆ ਸਨ ਅੜੁੱ ਸਵੇਰ ਆਦਾ ਮੇਰਾ ਬਾਪੂ ਜਿਹੜਾ ਨਿੱਤ ਸ਼ਰਾਬ ਪੀਂਦਾ ਮਾਸ ਖਾਂਦਾ ਤੇ ਪਤਾ ਨਹੀਂ ਦਿਨ ਵਿੱਚ ਕਿੰਨੀ-ਕਿੰਨੀ ਵਾਰ ਨਸਵਾਰ ਲੈਂਦਾ ਕਿਤੇ ਸਾਲ ਛੇ ਮਹੀਨਾ ਹਾਉਂਦਾ ਉਹ ਵੀ ਮਾਛੀਵਾੜੇ ਗੁਰਦੁਆਰੇ ਦੇ ਸਰੋਵਰ ਵਿੱਚ ਮਾਛੀਵਾੜਾ ਸਾਡੇ ਪਿੰਡ ਤਖਰਾ ਦੇ ਨੇੜੇ ਹੀ ਹੈ ਅਤੇ ਹਰ ਵਿਸਾਖੀ ਦੀਵਾਲੀ ਅਸੀਂ ਗੁਰਦੁਆਰੇ ਮੱਥਾ ਟੇਕਣ ਜਾਂਦੇ ਅਤੇ ਸਰੋਵਰ ਵਿੱਚ ਇਸ਼ਨਾਨ ਕਰ ਆਪਣੇ ਪਾਪ ਧੋਂਦੇ ਇਸ ਇਸ਼ਨਾਨ ਨੂੰ ਯਾਦ ਕਰਦਿਆਂ ਕਾਲੀਗੜ੍ਹ ਦੇ ਗੁਰਦੁਆਰੇ ਵਿੱਚ ਇਸ਼ਨਾਨ ਕਰਦੇ ਸਿੱਖ ਨੂੰ ਵੇਖ ਮੇਰੀਆਂ ਯਾਦਾਂ ਵਿੱਚ ਮੇਰਾ ਬਾਪੂ ਉਗੜ ਆਇਆ ਸੀ ਮੈਂ ਚਾਹ ਪੀਤੀ ਤੇ ਗੁਰਦੁਆਰੇ ਕਮਰੇ ਵਿੱਚ ਬੈਠੀ ਆਪਣੀ ਭੈਣ ਲਈ ਵੀ ਚਾਹ ਦਾ ਕੱਪ ਲਿਆ ਤੇ ਭੈਣ ਕੋਲ ਪਹੁੰਚਿਆ ਜਹਾਨਾ ਕਾ ਭੈਣ ਨੂੰ ਫੜਾ ਮੈਂ ਆਪਣੇ ਮਨ ਦੀ ਗੱਲ ਭੈਣ ਨਾਲ ਕਰਨ ਹੀ ਲੱਗਾ ਸੀ ਕਿ ਉਹੋ ਨਾਮਧਾਰੀ ਸਿੰਘ ਨਾਮਧਾਰੀ ਬਸਤਰਾ ਵਿੱਚ ਸਜਿਆ ਪਰਵਾ ਦਾੜਾ ਇੱਕ ਹੱਥ ਮਾਲਾਈ ਇੱਕ ਅਟਗੜਵਾ ਪੈਰਾਂ ਵਿੱਚ ਬਹੁਏ ਸਿਮਰਨ ਕਰਦਾ ਸਾਡੇ ਕਮਰੇ ਦੀਆਂ ਬਰੂਹਾਂ ਵਾਲਾ ਰਿਆ ਸੀ ਮੇਰੀ ਤਾਂ ਅੱਖਾਂ ਟੱਡੀਆਂ ਹੀ ਰਹਿ ਗਈਆਂ ਮੈਨੂੰ ਤੇ ਬਿਲਕੁਲ ਹੀ ਵਿਸ਼ਵਾਸ ਨਹੀਂ ਸੀ ਕਿ ਨਾਮਧਾਰੀ ਸਿੰਘ ਮੇਰਾ ਬਾਪੂ ਅਰਜੁਨ ਸਿੰਘ ਹੀ ਹੋ ਸਕਦਾ ਹੈ ਜਿਸ ਬਾਰੇ ਸੋਚਦਿਆਂ ਹੁਣੇ-ਹੁਣੇ ਮੈਂ ਤਰੇਲੀ ਉਤਰੇਲੀ ਹੋਇਆ ਪਿਆ ਸੀ ਮੈਂ ਕਦੇ ਆਪਣੀ ਭੈਣ ਵਾਲੀ ਵੇਖਦਾ ਕਦੀ ਬਰੂਹਾਂ ਦੀ ਸਰਦਲ ਤੱਕ ਪੁੱਜੇ ਉਸ ਨਾਮਧਾਰੀ ਸਿੰਘ ਵਾਲ ਮੇਰੀ ਹੈਰਾਨੀ ਤੋੜਦਿਆਂ ਮੇਰੀ ਭੈਣ ਨੇ ਮੈਨੂੰ ਉੱਠ ਕੇ ਬਾਪੂ ਦੇ ਪੈਰ ਛੂਹ ਲਈ ਗਿਆ ਪਰ ਮੇਰੇ ਜਨ ਵਿੱਚ ਤੇ ਸਵਾਲ ਦਰ ਸਵਾਲ ਹੀ ਉੱਠ ਖਲੋਤੇ ਸਨ ਮੈਂ ਤੇ ਆਪਣੀ ਭੈਣ ਨੂੰ ਪੁੱਛਣਾ ਚਾਹੁੰਦਾ ਸਾਂ ਇਹ ਬਾਪੂ ਏ ਓਈਓ ਮੈਨੂੰ ਤੇ ਭੌਰਾ ਵੀ ਯਕੀਨ ਨਹੀਂ ਸੀ ਆ ਰਿਹਾ ਮੇਰੀ ਚੁੱਪ ਤੋੜਦਿਆਂ ਭੈਣ ਨੇ ਆਖਿਆ ਸੁਰਜੀਤ ਇਹ ਬਾਪੂ ਹੀ ਏ ਤੇਰਾ ਬਾਪੂ ਅਰਜਨ ਸਿੰਘ ਤੈਨੂੰ ਯਾਦ ਏ ਨਾ ਆਪਣੇ ਘਰ ਤਖਰੀ ਕਦੀ ਕਦੀ ਅਰਾਕ ਵਾਲੇ ਬਾਬਾ ਕੇਰ ਸਿੰਘ ਨਾਮ ਤੇ ਰਿਆਇਆ ਕਰਦੇ ਸਨ ਉਹੀਓ ਬਾਬਾ ਕੇਰ ਸਿੰਘ ਜਿਹੜੇ ਭੈਣ ਸਾਹਿਬ ਗੁਰਦੁਆਰੇ ਦੇ ਕਾਰ ਮੁਖਤਿਆਰ ਸਨ ਮੈਂ ਹਾਂ ਵਿੱਚ ਸਿਰ ਹਿਲਾਇਆ ਭੈਣ ਨੇ ਆਪਣੀ ਗੱਲ ਜਾਰੀ ਰੱਖੀ इस सब उन्होंने संगत का ही नतीजा है कि बापू सब कुछ छड़ चाड़ छढ़ा नामधारी बन गया आज तेरे सामी खड़ा इनामधारी सिंह तेरा बापू अर्जुन सिंह ही है खुरशीदी दीदी जादुई बयानी दे सवै कथन ने सारी स्रोतिया तो कोई समोहित जादू कर दिता से दी फिर बोलिया मेरे लिए किसी करामात तो घट नहीं सी करामात बारे मैं पढ़िया ਸੁਣਿਆ ਵੀ ਸੀ ਪਰ ਕਰਾਮਾਤ ਵਾਪਰੀ ਅੱਜ ਮੈਂ ਆਪਣੀ ਅੱਖੀਂ ਵੇਖ ਰਿਹਾ ਸੀ ਮੈਂ ਸੁਣਿਆ ਸੀ 사드ਗੁਰੂ ਰਾਮ ਸਿੰਘ ਜੀ ਦੇ ਸੰਪਰਕ ਵਿੱਚ ਆਏ ਪਿੰਡਾਂ ਦੇ ਪਿੰਡ ਮਾਸ ਰਾਮ ਨਸ਼ੇ ਤੇ ਬਦਕਾਰੀਆਂ ਛੱਡ ਨਾਮ ਧਾਰੀ ਸੱਜ ਗਏ ਸਨ ਕਿਵੇਂ ਇਹ ਮੇਰੀ ਸਮਝ ਵਿੱਚ ਉਸ ਵਕਤ ਆਇਆ ਜਦੋਂ ਅੜਕ ਕੁਰਖਤ ਤੇ ਗੁਸੈਲ ਮੇਰਾ ਬਾਪੂ ਸਾਗੋ ਪ੍ਰਤਾਪ ਸਿੰਘ ਜੀ ਦੇ ਸੰਪਰਕ ਨਾਲ ਸਭ ਕੁਝ ਛਾੜ ਦੇਵਤਾ ਬਣ ਗਿਆ ਸੀ ਉਸ ਦੀ ਜ਼ਿੰਦਗੀ ਵਿੱਚ ਆਇਆ ਇਹ ਪਲਟਾ ਸਾਡੇ ਸਭ ਨਾਲ ਲਈ ਕਿਸੇ ਕਰਾਮਾਤ ਤੋਂ ਘਾਟ ਨਹੀਂ ਸੀ ਜਾਹਰਾ ਕਰਾਮਾਤ ਵਾ ਖੁਰਸ਼ੀ ਦੀ ਜੀ ਵਾ ਕੀ ਕਮਾਲ ਦੀ ਗੱਲ ਤੁਸੀਂ ਸੁਣਾਈ ਹੈ ਤੇ ਕੀ ਕਮਾਲ ਦਾ ਲਹਿਜਾ ਜਾਦੂਈ ਬਿਆਨੀ ਮਾਸਟਰ ਨਿਹਾਲ ਸਿੰਘ ਹੋਰ ਨਿਹਾਲ ਹੁੰਨੇ ਆ ਕਿਆ ਮਾਸਟਰ ਜੀ ਈ ਸਤਗੁਰ ਜਗਜੀਤ ਸਿੰਘ ਜੀ ਦੀ ਮੇਰੇ ਤੇ ਨਿਵਾਜਿਸ਼ਟ ਰਹਿਮਤ ਹੈ ਕਿ ਮੇਰੇ ਔਗਣਾ ਨੂੰ ਨਾਚਿਤਾ ਦਿਆਂ ਉਹਨਾਂ ਮੈਨੂੰ ਆਪਣੇ ਚਰਨਾਂ ਵਿੱਚ ਸਰਨ ਦਿੱਤੀ ਹੈ ਇਹ ਕਹਾਣੀ ਮੈਂ ਫੇਰ ਕਦੇ ਸੁਣਾਵਾਂਗਾ ਸਾਰੇ ਆਖ ਲਈਏ ਧੰਨ ਸਤਗੁਰੂ ਜਗਜੀਤ ਸਿੰਘ ਜੀ